ਸੋਨੂੰ ਸੀਤੋ ਵਾਲੇ ਦੀ ਮਿਹਨਤ ਰੰਗ ਲਾਈ ਹੈ ਤੇ ਦੋਸਤੋ ਹੌਲੀ ਹੌਲੀ ਸੀਤੋ ਵਾਲੇ ਦਾ ਹੁਣ ਘਰ ਵੀ ਬਣਨ ਲੱਗ ਪਿਆ ਹੈ। ਲੋਕਾਂ ਵੱਲੋਂ ਕੀਤੀ ਗਈ ਸਪੋਰਟ ਦਾ ਹੀ ਨਤੀਜਾ ਹੈ। ਜਿਸ ਤਰ੍ਹਾਂ ਸੋਨੂੰ ਸੀਤੋ ਵਾਲੇ ਦੇ ਲਾਈਵ ਸ਼ੋਅ ਲੋਕਾਂ ਵੱਲੋਂ ਲਗਾਏ ਜਾ ਰਹੇ ਸੀ ਤੇ ਉਹਨਾਂ ਲਾਈਵ ਸ਼ੋਅਜ਼ ਦੇ ਵਿੱਚੋਂ ਪੈਸੇ ਬਚਾ ਕੇ ਹੁਣ ਸੀਤੋ ਵਾਲੇ ਦੇ ਘਰ ਸੌਦਾ ਪੱਤਾ ਵੀ ਪਹੁੰਚ ਰਿਹਾ ਤੇ ਜੋ ਸੋਨੂੰ ਸੀਤੋ ਵਾਲੇ ਦੇ ਘਰ ਇੱਕ ਕਮਰਾ ਵੀ ਪਿਆ ਤੇ ਨਾਲ ਨਾਲ ਬਾਥਰੂਮ ਨਵਾਂ ਬਣਾ ਰਹੇ ਨੇ। ਮੁੰਡੇ ਮਦਦ ਕਰ ਰਹੇ ਨੇ, ਮਾਂ ਦੇ ਸਿੱਧਰੇ ਪੁੱਤ ਨੇ, ਪਰਿਵਾਰ ਦੀ ਸੁਣੀ ਹੈ ਤੇ ਸੌਦਾ ਪੱਤਾ ਵੀ ਹੁਣ ਸੋਨੂੰ ਸੀਤੋ ਵਾਲਾ ਆਪਣੀ ਕਮਾਈ ਤੋਂ ਘਰ ਪਾਉਂਦਾ ਹੈ। ਤੇ ਜੇ ਇਸੇ ਤਰ੍ਹਾਂ ਸੀਤੋ ਵਾਲੇ ਦੀ ਚੜ੍ਹਾਈ ਰਹੀ ਤਾਂ ਜਲਦੀ ਸੀਤੋ ਵਾਲੇ ਦਾ ਨਵਾਂ ਘਰ ਵੀ ਬਣੇਗਾ। ਹਾਲਾਂਕਿ ਦੋਸਤੋ ਬੜੇ ਲੋਕ ਇਹ ਉਦਾਹਰਣ ਦਿੰਦੇ ਨੇ ਕਿ ਸੋਨੂੰ ਸੀਤੋ ਵਾਲੇ ਨਾਲ ਵੀ ਹਰਮਨ ਚੀਮੇ ਵਰਗੀ ਹੋਏਗੀ, ਜਿਵੇਂ ਹਰਮਨ ਚੀਮੇ ਨੂੰ ਬਾਅਦ ਵਿੱਚ ਕਿਸੇ ਨੇ ਨਹੀਂ ਪੁੱਛਿਆ, ਇਸੇ ਤਰ੍ਹਾਂ ਸੋਨੂੰ ਸੀਤੋ ਵਾਲੇ ਨੂੰ ਵੀ ਬਾਅਦ ਵਿੱਚ ਕਿਸੇ ਨੇ ਨਹੀਂ ਪੁੱਛਣਾ। ਪਰ ਤੁਹਾਨੂੰ ਦੱਸ ਦਈਏ ਕਿ ਹਰਮਨ ਚੀਮਾ ਸਾਡੇ ਵਰਗੇ ਲੋਕਾਂ ਨਾਲੋਂ ਵੀ ਜ਼ਿਆਦਾ ਸਿਆਣਾ ਨਿਕਲਿਆ। ਜਦੋਂ ਇੰਗਲੈਂਡ 'ਚ ਉਹਦੇ ਸ਼ੋਅ ਲੱਗੇ ਨਾ ਤਾਂ ਇੰਗਲੈਂਡ 'ਚ ਗੱਲਬਾਤ ਕਰਕੇ ਉਹਨੇ ਪੇਪਰ ਬਣਾ ਲਏ ਤੇ ਇਸ ਟਾਈਮ ਇੰਗਲੈਂਡ 'ਚ ਕੰਮ ਕਰਦਾ ਤੇ ਨਜ਼ਾਰੇ ਲੈ ਰਹੇ ਹੈ। ਇਸ ਕਰਕੇ ਦੋਸਤੋ ਹਰਮਨ ਚੀਮਾ ਨੇ ਜਿੰਨਾ ਚਿਰ ਉਹ ਫੇਮਸ ਰਿਹਾ ਉਨੇ ਚਿਰ 'ਚ ਆਪਣਾ ਕੰਮ ਜੋ ਆ ਸੈੱਟ ਕਰ ਲਿਆ ਸੀ ਤੇ ਉਸੇ ਤਰ੍ਹਾਂ ਜੇ ਸਾਰੇ ਸੋਨੂੰ ਸੀਤੋ ਵਾਲੇ ਦੀ ਇਸੇ ਤਰ੍ਹਾਂ ਸਪੋਰਟ ਕਰਦੇ ਨੇ ਤਾਂ ਹੋ ਸਕਦਾ ਹੈ ਕਿ ਸੋਨੂੰ ਸੀਤੋ ਵਾਲਾ ਵੀ ਆਪਣਾ ਕੰਮ ਰੋਕ ਕਰ ਲਏ। ਬਾਕੀ ਤੁਸੀਂ ਸਾਰੇ ਜ਼ਰੂਰ ਸੋਨੂੰ ਸੀਤੋ ਵਾਲੇ ਦੀ ਸਪੋਰਟ ਕਰਿਓ ਤੇ ਵੀਡੀਓ ਨੂੰ ਵੱਧ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ। ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ।